ਹੰਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਕਾਫੀ ਵੱਡੀ ਖੁਸ਼ਖਬਰੀ ਆ ਜਾ ਰਹੀ ਹੈ 880 ਵਾਲਿਆਂ ਵਾਸਤੇ 88994 ਪੋਸਟਾਂ ਉਸ ਦਾ ਨੋਟੀਫਿਕੇਸ਼ਨ ਸਾਈਟ ਤੇ ਆ ਗਿਆ ਹੈ ਔਰ ਜੋ ਹਨੇ ਪੋਸਟ 14 ਅਕਤੂਬਰ ਤੋਂ ਜੋ ਪ੍ਰੀਚਨੀਆਂ ਸ਼ੁਰੂ ਹੋਣਗੀਆਂ ਪਰ ਇਸ ਵਿੱਚ ਕੁਝ ਤਰ੍ਹਾਂ ਦੇ ਚੇਂਜਸ ਹਨ ਕਿ ਗ੍ਰੈਜੂਏਸ਼ਨ ਕਰ ਦਿੱਤੀ ਕਿ ਇਸ ਵਾਰ ਤਾਂ ਗ੍ਰੈਜੂਏਸ਼ਨ ਨਹੀਂ ਕੀਤੀ ਗਈ ਹੈ ਗ੍ਰੈਜੂਏਸ਼ਨ ਕਰ ਦਿੱਤੀ ਕਿ ਜਾਵੇਗੀ ਅੱਗੇ ਤੋਂ ਲੇਕਿਨ ਇਸ ਵਾਰ ਜੋ ਹੈ 2001 ਲਾਈਨ ਉਨ ਦੇ ਵਿੱਚ ਲਿਖੀ ਹੋਈ ਨੋਟੀਫਿਕੇਸ਼ਨ ਚੋ ਅੱਗੇ ਤੋਂ ਦੱਸਦੇ ਆਂ ਅਗਰ ਤੁਸੀਂ ਪਲੱਸ 2 ਦੇ ਨਾਲ ਐਟਟੀ ਕੀਤੀ ਹੈ ਤਾਂ 2025 30 ਸਤੰਬਰ 2025 ਤੱਕ ਤੁਸੀਂ ਜੋ ਆਪਣੀ ਬੀਏ ਪੂਰੀ ਕਰਨੀ ਹੈ ਤੇ ਇਸ ਤਰ੍ਹਾਂ ਇਹਦੇ ਵਿੱਚ ਕੋਈ ਸ਼ਰਤਾਂ ਰੱਖਿਆ ਗਿਆ ਹੈ ਕਿ ਬੀਏ ਤੁਹਾਨੂੰ ਪੂਰਾ ਕਰਨ ਦਾ ਸਮਾਂ ਦਿੱਤਾ ਗਿਆ ਅਗਰ ਤੁਸੀਂ ਪਲੱਸ 2 ਰੀਟੇਟਿ ਕੀਤੀ ਹੋਈ ਹੈ ਤਾਂ ਇਸ ਤੋਂ ਇਲਾਵਾ ਹੁਣ ਸਿਲੇਬਸ ਦੀ ਗੱਲ ਜੋ ਸਭ ਤੋਂ ਵੱਡੀ ਗੱਲ ਹੈ ਸਿਲੇਬਸ ਦੀ ਵੀ ਗੱਲ ਆ ਰਹੀ ਹੈ ਕਿ ਸਿਲੇਬਸ ਹੈ ਤੇ ਕਰਨ ਨਹੀਂ ਦੱਸਿਆ ਗਿਆ ਔਰ ਜੋ ਹਨ ਦੀ ਸਿਲੇਬਸ ਇਸ ਵਾਰ ਪੇਪਰ ਵੀ 200 ਮਾਰਕਸ ਦਾ ਦਿੱਤਾ ਹੈ ਤਾਂ ਇਸ ਦਿਨ ਦੇਸ ਨਾਲ ਸਾਫ ਹੀ ਪਤਾ ਲੱਗ ਰਿਹਾ ਕਿ ਸਿਲੇਬਸ ਚ ਜ਼ਰੂਰ ਕੁਝ ਨਾ ਕੁਝ ਐਡ ਕੀਤਾ ਜਾਵੇਗਾ ਜ਼ਰੂਰ ਕੁਝ ਚੇਂਜ ਹੋਣਗੇ ਤੇ ਜੋ ਵੀ ਚੇਂਜ ਹੋਣਗੇ ਉਹ ਤੁਹਾਨੂੰ ਦੱਸ ਦਿੱਤੇ ਜਾਣਗੇ ਹਜੇ ਤੱਕਰ ਤੋਂ ਲੱਗ ਰਿਹਾ ਕਿ ਇਸ ਵਾਰ ਮੈਥ ਔਰ ਰੀਜਨਿੰਗ ਦਾ ਕੁਝ ਚੇਂਜ ਕੀਤਾ ਜਾ ਸਕਦਾ ਰੀਜਨਿੰਗ ਇਸਬੈਕਟਰ ਔਰ ਸਾਈਕੋ ਕੁਝ ਇਸ ਤਰ੍ਹਾਂ ਦੇ ਜੋ ਹਨ ਇਸ ਨੂੰ ਵਧਾਇਆ ਜਾ ਸਕਦਾ ਹੈ ਜਿਸ ਸਬਜੈਕਟ ਜੋ ਪਹਿਲਾਂ 6 ਸਨ ਉਸ ਤੇ 8-9 ਸਬਜੈਕਟ ਕੀਤੇ ਜਾ ਸਕਦੇ ਹਨ ਜਾਂ ਫਿਰ ਕੋਸ਼ਣੇ 1.5 ਮਾਰਕਸ ਜਾਂ 2 ਮਾਰਕਸ ਦਾ ਇਸ ਤਰ੍ਹਾਂ ਦਾ ਕੀਤੇ ਜਾਂਦੇ ਤੇ ਖਰਾਸਾਰ ਲੱਗ ਰਹੇ ਹਨ ਤਾਂ ਜੋ ਵੀ ਕੁਝ ਹੁੰਦਾ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਵੇਗਾ ਇੱਕ ਵਾਰੀ ਜੇਕਰ ਤੁਸੀਂ ਤਿਆਰੀ ਕਰਨੀ ਹੈ ਤਾਂ ਪ੍ਰੀਵੀਅਸ ਜੋ ਵੀ ਸਿਲੇਬਸ ਸੀ ਉਸ ਦੇ ਅਕੋਰਡਿੰਗ ਤੁਸੀਂ ਤਿਆਰੀ ਕਰ ਸਕਦੇ ਹੋ ਪ੍ਰੀਵੀਅਸ ਸਿਲੇਬਸ ਦੀ ਤੁਹਾਡੇ ਕੋਲ ਅਗਰ ਵੀਡੀਓ ਨਹੀਂ ਹੈ ਤਾਂ ਉਹ ਤੁਹਾਨੂੰ ਦੱਸ ਦਿੰਨੇ ਹਾਂ ਨੀਚੇ ਡਿਸਕ੍ਰਿਪਸ਼ਨ ਚ ਲਿੰਕ ਮਿਲ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਦੋ ਪਹਿਲਾਂ ਪੇਪਰ ਹੋਏ ਸੀ HTT ਦੇ ਉਹਨਾਂ ਦਾ ਲਿੰਕ ਵੀ ਤੁਹਾਨੂੰ ਨੀਚੇ ਮਿਲ ਜਾਵੇਗਾ ਤਾਂ ਉਹ ਤੁਸੀਂ ਜ਼ਰੂਰ ਦੇਖ ਲਿਓ ਉਸ ਤੋਂ ਬਾਅਦ ਹੀ ਫਿਰ ਆਪਾਂ ਅੱਗੇ ਦੀਆਂ ਗੱਲਾਂ ਕਰਦੇ ਹਾਂ ਤਾਂ ਥੈਂਕ ਯੂ ਥੈਂਕਸ ਫॉर ਵਾਚਿੰਗ ਅਗਰ ਤੁਸੀ ਕੋਈ ਵੀ ਇਸ ਸੰਬੰਧੀ ਸਵਾਲ ਹੋਵੇ ਤਾਂ ਪੰਜਾਬ ਜੋਬਸ ਉਹਨੇ insta id ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰਸਨਲੀ ਮੈਸੇਜ ਕਰਕੇ ਕੋਈ ਵੀ ਸਵਾਲ ਐਟਟੀ ਸੰਬੰਧੀ ਪੁੱਛ ਸਕਦੇ ਹੋ ਥੈਂਕ ਯੂ ਥੈਂਕਸ ਫॉर ਵਾਚਿੰਗ